اعوذ باللہ من الشیطان الرجیم بسم اللہ الرحمن الرحیم قرآں اے نے گلاں قرآن تے روشن کتاب دیاں ہدایت تے خوشخبری منن والیاں واسطے جڑے درست پڑھدے نے نماز تے دیندے نے زکوۃ تے اوہ آخرت نو سچ کر جاندے نے جڑے نہیں مندے آخرت نو اساں ضرور سونے کرو خائنے انہاں نو کرتب انہاں دے ਸੋ ਉਹ ਭਟਕਦੇ ਫਿਰਦੇ ਨੇ ਉਹੋ ਨੇ ਜਿੰਨਾਂ ਦੀ ਬੁੜੀ ਮਾਰ ਏ ਤੇ ਉਹੋ ਨੇ ਆਖਰਤ ਵਿੱਚ ਬਦੇਲੇ ਕਾਟੇ ਵਾਲੇ ਹਬੀਬ ਤੇ ਜ਼ਰੂਰ ਤੈਨੂੰ ਮਿਲਦਾ ਹੈ ਕੁਰਾਨ ਹਕਮਤ ਵਾਲੇ ਸਭ ਕੁਝ ਜਾਣਣ ਵਾਲੇ ਕੋਲੋਂ ਜਦ ਆਖਿਆ موسی ਨੇ ਆਪਣੇ ਘਰ ਵਾਲਿਆਂ ਨੂੰ ਜ਼ਰੂਰ ਮੈਂ ਦਿੱਤੀ ਹੈ ਇਹ ਕਾਗ ਮੈਂ ਹੁਣੇ ਲਿਆਉਣਾ ਤੁਸਾਂ ਕੋਲੋਂ ਥੋਂ ਕੁਝ ਖਬਰ ਜਾਂ ਲਿਆਉਣਾ ਤੁਸਾਂ ਕੋਲ ਬਲਦਾ ਚੋ ਤਾਂ ਤੁਸੀਂ ਸੇਕੋ ਫਿਰ ਜਦ ਆਇਆ ਉਸ ਕੋਲ ਆਵਾਜ਼ ਆਈ ਉਸੂ ਭਾਈ ਬਰਕਤ ਵਾਲਾ ਹੈ ਜਿਹੜਾ ਇਸ ਅਗ ਵਿੱਚ ਹੈ ਤੇ ਜਿਹੜਾ ਉਸ ਦੇ ਦੁਆਲੇ ਤੇ ਬੇ ਐਵੇਂ ਅੱਲਾ ਰੱਬ ਸਾਰੇ ਜਗ ਦਾ ਐ موسی ਉਹ ਜ਼ਰੂਰ ਮੈਂ ਹਾਂ ਜਿਸ ਨੇ ਤੈਨੂੰ ਆਵਾਜ਼ ਮਾਰੀ ਹੈ ਅੱਲਾ ਜ਼ੋਰ ਆਵਰ ਹਕਮਤ ਵਾਲਾ ਹੈ ਤੇ ਸੁੱਟਦੇ ਸੋਟਾ ਆਪਣਾ ਫਿਰ ਜਦ ਡਿਠਿਓ ਸੁ ਉਹ ਹਿਲਦਾ ਜਿਉਂ ਪਤਲਾ ਸੱਪ ਹੈ ਮੁੜਿਆ ਮਗਰ ਫੇਰ ਕੇ ਤੇ ਪਰਚ ਕੇ ਨਾ ਵੇਖਿਓ ਸੁ ਐ موسی ਨਾ ਡਰ ਜ਼ਰੂਰ ਮੈਂ ਜੋ ਆਂ ਨਹੀਂ ਡਰਦੇ ਮੇਰੇ ਕੋਲ ਪੈਗੰਬਰ ਪਰ ਜਿਨਾਂ ਜ਼ੁਲਮ ਕੀਤਾ ਫੇਰ ਬਦਲੇ ਵਿੱਚ ਨੇਕੀ ਕੀਤੀ ਪਿੱਛੇ ਬੁਰੀਾਈ ਦੇ ਤਾਂ ਜ਼ਰੂਰ ਮੈਂ ਬਖਸ਼ਨਾਰ ਮਿਹਰਬਾਨ ਤੇ ਪਾ ਹੱਥ ਆਪਣਾ ਗਰੀਬਾਨ ਵਿੱਚ ਨਿਕਲੇਗਾ ਚਿੱਟਾ ਬਗੈਰ ਐਬ ਦੇ ਇਹ ਵੀ ਗਿਣ ਲੈ ਨੋ ਨਿਸ਼ਾਨੀਆਂ ਵਿੱਚ ਤੇ ਜਾ ਫਰਾਉਨ ਤੇ ਉਹਦੀ ਕੌਮ ਵੱਲ ਜ਼ਰੂਰ ਉਹ ਹੈ ਲੋਕ ਬੇਫਰਮਾਨ ਫਿਰ ਜਦ ਆਈਆਂ ਉਹਨਾਂ ਕੋਲ ਨਿਸ਼ਾਨੀਆਂ ਸਾਡੀਆਂ ਰੋਸ਼ਨ ਆਖਿਓ ਨੇ ਇਹ ਜਾਦੂ ਇਹ ਖੁੱਲਾ-ਖੁੱਲਾ ਤੇ ਇਨਕਾਰ ਕੀਤਾ ਨੇ ਉਹਨਾਂ ਦਾ ਬੇਇਨਸਾਫੀ ਤੇ غرور ਨਾਲ ਭਾਵੇਂ ਯਕੀਨ ਕਰ ਲਿਆ ਸੀ ਨਿਸ਼ਾਨੀਆਂ ਦਾ ਉਹਨਾਂ ਦੇ ਜੀਆਂ ਨੇ ਫਿਰ ਵੇਖ ਕੀ ਕੁ ਹੋਇਆ ਔੜਕ ਫਸਾਦੀਆਂ ਦਾ ਤੇ ਜ਼ਰੂਰ ਦਿੱਤਾ ਅਸਾਂ 다ਊਦ ਤੇ ਸੁਲੈਮਾਨ ਨੂੰ ਇਲਮ ਤੇ ਆਖਿਓ ਨੇ ਸਭ ਸੋਭਾ ਲਈ ਦिए ਜਿੰਬੂਦੁਰਗੀ ਦਿੱਤੀ ਸਾਨੂੰ ਬਹੁਤੇ ਉੱਤੇ ਆਪਣੀ ਇਮਾਨਦਾਰਾਂ ਬੰਦਿਆਂ ਵਿੱਚੋਂ ਤੇ ਵਰਸਾ ਲਈ ਸੁਲੈਮਾਨ ਨੇ 다ਊਦ ਦੀ ਤੇ ਆਖਿਆ ਇਹ ਲੋਕੋ ਸਿਖਾਈ ਗਈ ਹੈ ਸਾਨੂੰ ਬੋਲੀ ਪੰਛੀਆਂ ਦੀ ਤੇ ਮਿਲੀਆਂ ਨੇ ਸਾਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਇਹੋ ਹੀ ਬਜ਼ੁਰਗੀ ਖੁੱਲੀ ਖੁੱਲੀ ਇਹ ਕੱਟੀਆਂ ਕੀਤੀਆਂ ਗਈਆਂ ਸੁਲੇਮਾਨ ਲਈ ਫੌਜਾਂ ਉਹਦੀਆਂ ਜਿੰਨਾ ਤੇ ਆਦਮੀਆਂ ਤੇ ਪੰਛੀਆਂ ਦੀਆਂ ਫਿਰ ਉਹਨਾਂ ਦੀਆਂ ਜਮਾਤਾਂ ਬਣਾਈਆਂ ਜਾਂਦੀਆਂ ਸਨ ਇਥੋਂ ਤੀਕ ਜੋ ਜ਼ਿਆਦਾ ਹੈ ਕੀੜੀਆਂ ਦੇ ਮੈਦਾਨ ਉੱਤੇ ਆਖਿਆ ਇੱਕ ਕੀੜੀ ਨੇ ਮੀਂਹ ਗਿਰਿਓ ਬੜਦਾ ਆਪਣੀਆਂ ਖੁੱਡਾਂ ਵਿੱਚ ਪੀ ਨਾ ਸੁੱਟੇ ਤੁਹਾਨੂੰ ਸੁਲੇਮਾਨ ਤੇ ਫੌਜਾਂ ਉਹਦੀਆਂ ਤੇ ਉਹ ਨਾ ਜਾਣਦੇ ਹੋਣ ਸੁਲੇਮਾਨ ਫਿਰ ਮੁਸਕਰਾ ਕੇ ਹੱਸ ਪਿਆ ਉਹਦੀ ਗੱਲ ਤੋਂ ਤੇ ਆਖਣ ਲਗਾ ਮੇਰੇ ਰੱਬਾ ਮੈਨੂੰ ਤੋਫੀਕ ਦੇ ਇਸ ਦੀ ਜੋ ਮੈਂ ਸ਼ੁਕਰ ਕਰਾਂ ਤੇਰੇ احسان ਦਾ ਜਿਹੜਾ احسان ਕੀਤਾ ਹੀ ਮੇਰੇ ਉੱਤੇ ਤੇ ਮੇਰਿਆਂ ਜਨਦਿਆਂ ਉੱਤੇ ਤੇ ਇਸ ਦੀ ਜੋ ਕਰਾਂ ਮੈਂ ਨੇਕੀ ਜਿਸ ਨੂੰ ਤੂੰ ਪਸੰਦ ਕਰੇ ਤੇ ਮਲਾ ਦੇ ਮੈਨੂੰ ਆਪਣੀ ਮਿਹਰ ਨਾਲ ਆਪਣੇ ਨੇਕ ਬੰਦਿਆਂ ਵਿੱਚ ਤੇ ਇੱਕ ਵਾਰੀ ਪੜਤਾਲ ਕੀਤੀ ਉਹ ਛੁਪਣਛਿਆਂ ਦੀ ਫੇਰ ਆਖਣ ਲਗਾ ਕੀ ਹੋ ਗਿਆ ਹੈ ਜੋ ਨਹੀਂ ਜਿਸ ਦਾ ਮੈਨੂੰ ਉਹ ਦੋਦ ਯਾ ਉਹ ਹੈ ਕਿ ਤੇ ਓਲੇ ਹੋ ਰਹਿਣ ਵਾਲਿਆਂ ਵਿੱਚੋਂ ਮੈਂ ਜ਼ਰੂਰ ਮਾਰਾਂਗਾ ਉਹਨੂੰ ਸਖਤ ਜਾਂ ਮੈਂ ਜ਼ਰੂਰ ਜ਼ਬਾਹ ਕਰ ਦੇਵਾਂਗਾ ਉਹਨੂੰ ਜਾਂ ਲਿਆਵੇ ਮੇਰੇ ਕੋਲ ਕੋਈ ਦਲੇਰ ਖੁੱਲੀ-ਖੁੱਲੀ ਫਿਰ ਬਹੁਤ देर ਨਾ ਕੀਤੀ ਉਸੂ ਹੁਦੁੱਦ ਨੇ ਆ ਕੇ ਆਖਿਆ ਮੈਂ ਮਾਲੂਮ ਕੀਤਾ ਜੋ ਤੈਨੂੰ ਮਾਲੂਮ ਨਹੀਂ ਸੀ ਕਿ ਲਿਆਂਦੀ ਏ ਮੈਂ ਤੇਰੇ ਕੋਲ ਕਬੀਲੇ ਸਵਾ ਦੀ ਖਬਰ ਸੱਚੇ ਜ਼ਰੂਰ ਮੈਂ ਦਿੱਤੀ ਏ ਇੱਕ ਹੋਰ ਬਾਦਸ਼ਾਹੀ ਕਰਦੀ ਉਹਨਾਂ ਉੱਤੇ ਤੇ ਮਿਲੀਆਂ ਨੇ ਉਹਨੂੰ ਸਭੇ ਚੀਜ਼ਾਂ ਤੇ ਉਹਦਾ ਹੀ ਤਖਤ ਤੇ ਬੜਾ ਡਿਠਾ ਮੈਂ ਉਹ ਨੂੰ ਤੇ ਉਹਦੀ ਕੌਮ ਨੂੰ ਸਜਦਾ ਕਰਦੇ ਸੂਰਜ ਨੂੰ ਸਵਾਹ ਅੱਲਾ ਦੇ ਤੇ ਸੋਹਣੇ ਕਰ ਬਖਾਏ ਨੇ ਉਹਨਾਂ ਨੂੰ ਸ਼ੈਤਾਨ ਨੇ ਕਰਤਬ ਉਹਨਾਂ ਦੇ ਫਿਰ ਰੋਗ ਦਿੱਤਾ ਸੂ ਉਹ ਨੂੰ ਰਾਹ ਫਿਰ ਉਹ ਰਾਹ ਨਹੀਂ ਪੈਂਦੇ ਤੇ ਰੋਕਦਾ ਏ ਤਾਂ ਸਜਦਾ ਨਾ ਕਰਨ ਅੱਲਾ ਨੂੰ ਜਿਹੜਾ ਕਹਦਾ ਹੈ ਛੁਪੀਆਂ ਹੋਈਆਂ ਚੀਜ਼ਾਂ ਅਸਮਾਨਾਂ ਤੇ ਜ਼ਮੀਨ ਦੀਆਂ ਤੇ ਜਾਣਦਾ ਹੈ ਜੋ ਤੁਸੀਂ ਛਪਾਉਂਦੇ ਹੋ ਤੇ ਜੋ ਜ਼ਾਹਿਰ ਕਰਦੇ ਹੋ اللہ جس بن کوئی پوجہ دے لائق نہیں مالک بڑے تخت دا سلیمان آکھیا ہونے میں ایک لانگے پلا تو سچا آکھیا ہے یا تو ہیں چوٹیاں بچوں لے جا اے خط میرا پھر اے سٹ دے ہونا وال پھر ملک لو ہونا تو پھر ویخ کی کچھ جواب مور دے نے ملکہ آکھن لگی وے سردارو میرے والا پہنچے اے خط موزد ਇਹ ਹੱਤੇ ਸੁਲੇਮਾਨ ਦੀ ਤਰਫੋਂ ਤੇ ਇਸ ਦਾ ਸ਼ੁਰੂ ਹੈ ਅੱਲ੍ਹਾ ਦੇ ਨਾਮ ਨਾਲ ਜੋ ਬੜਾ ਮਿਹਰਬਾਨ ਨਿਹਾਇਤ ਰਹਿਮ ਵਾਲਾ ਇਸ ਦਾ ਮਜ਼ਮੂਨ ਹੈ ਜੁ ਗਰੂਰ ਨਾ ਕਰੋ ਮੇਰੇ ਸਾਹਮਣੇ ਤੇ ਆ ਜਾਓ ਮੇਰੇ ਕੋਲ ਹੁਕਮ ਮੰਨ ਕੇ ਆਖਣ ਲਗੀ ਵੇ ਸਰਦਾਰੋ ਸਲਾਹ ਦਿਓ ਮਨੂ ਮੇਰੇ ਕੰਮ ਵਿੱਚ ਨਹੀਂ ਆ ਮੈਂ ਪੱਕ ਕਰਨ ਵਾਲੀ ਕਿਸੇ ਕੰਮ ਦਾ ਜਦ ਤੱਕ ਤੁਸੀਂ ਮੇਰੇ ਕੋਲ ਹਾਜ਼ਰ ਨਾ ਹੋ ਲੋ ਆਖਿਓ ਨੇ ਅਸੀਂ ਆ ਜ਼ੋਰ ਵਾਲੇ ਤੇ ਸਖਤ ਲੜਾਈ ਵਾਲੇ ਤੇ ਕੰਮ ਤੇਰੇ ਇਖਤਿਆਰ ਹੈ ਸੋ ਤੂੰ ਵੇਖ ਲੈ ਜੋ ਕੋਈ ਹੁਕਮ ਕਰਨੀ ਹੈ ਆਖਰ ਲਗੀ ਬਾਦਸ਼ਾਹ ਲੋਕ ਜਦ ਵੜਦੇ ਨੇ ਕਿਸੇ ਵਸਤੀ ਵਿੱਚ ਉਜਾਰ ਦਿੰਦੇ ਨੇ ਉਸ ਨੂੰ ਤੇ ਕਰ ਦਿੰਦੇ ਨੇ ਉੱਥੋਂ ਦੇ ਇੱਜ਼ਤ ਵਾਲਿਆਂ ਨੂੰ ਬੇਇੱਜ਼ਤ ਤੇ ਐਸੀ ਤਰ੍ਹਾਂ ਇਹ ਕਰਨਗੇ ਤੇ ਜ਼ਰੂਰ ਮੈਂ ਭੇਜਣੀ ਆ ਉਹਨਾਂ ਵਾਲੇ ਕੁਛ ਆਦਿਆ ਫਿਰ ਵੇਖਣੀ ਆ ਕੀ ਜਵਾਬ ਲੈ ਮੁਰਦੇ ਨੇ ਭੇਜੇ ਹੋਏ ਫਿਰ ਜਦ ਆਇਆ ਸੁਲੇਮਾਨ ਕੋਲ ਇਲਚੀ ਉਹਦਾ ਸੁਲੈਮਾਨ ਆਖਿਆ ਪਲਾ ਮਦਦ ਦੇਂਦੇਓ ਮੈਨੂੰ ਮਾਲ ਨਾਲ ਸੋ ਜੋ ਦਿੱਤਾ ਮੈਨੂੰ ਅੱਲਾ ਨੇ ਚੰਗਾ ਉਸ ਨਾਲੋਂ ਜੋ ਦਿੱਤਾ ਸੂ ਤੁਹਾਨੂੰ ਸਗੋਂ ਤੁਸੀਂ ਲੋਕ ਆਪਣੀ ਸੰਗਾਤ ਨਾਲ ਆਪ ਖੁਸ਼ ਹੁੰਦੇ ਰਹੋ ਐ ਕਿ ਆ ਮੁਰ ਜਾ ਉਹਨਾਂ ਵਾਲੋਂ ਜ਼ਰੂਰ ਲਿਆਵਾਂਗੇ ਅਸੀਂ ਉਹਨਾਂ ਉੱਤੇ ਫੌਜਾਂ ਜਿਨ੍ਹਾਂ ਦਾ ਸਾਹਮਣਾ ਨਾ ਹੋ ਸਕੇ ਗਾਉਣਾ ਤੋਂ ਤੇ ਜ਼ਰੂਰ ਕਰ ਦੇਵਾਂਗੇ ਅਸੀਂ ਉਹਨਾਂ ਨੂੰ ਉੱਥੋਂ ਪੱਤ ਲਾ ਕੇ ਨਾਲਿਓ ਖਾਰ ਹੋ ਜਾਣਗੇ ਸੁਲੈਮਾਨ ਆਖਿਆ ਕਿ ਸਰਦਾਰੋ ਕਿਹੜਾ ਤੂੰ ਸਾਡੇ ਚੋਂ ਲੈ ਆਵੇ ਮੇਰੇ ਕੋਲ ਤਖਤ ਉਹਦਾ ਪਹਿਲੇ ਇਸ ਦੇ ਜੋ ਆਵਣ ਮੇਰੇ ਕੋਲ ਹੁਕਮ ਮੰਨ ਕੇ ਆਖਿਆ ਇੱਕ ਰਾਕਸ਼ ਨੇ ਜਿੰਨਾ ਵਿੱਚੋਂ ਮੈਂ ਉਹ ਲਿਆ ਦੇਣਾ ਤੈਨੂੰ ਪਹਿਲੇ ਇਸ ਦੇ ਜੋ ਉੱਠੇ ਤੂੰ ਆਪਣੀ ਜਗ੍ਹਾ ਤੋਂ ਤੇ ਜ਼ਰੂਰ ਮੈਂ ਉਸ ਦੇ ਚੁਕਣੇ ਦੀ ਤਾਕਤ ਰੱਖਣਾ ਨਾਲੇ ਮੰਨਤੀ ਆ ਇੱਕ ਹੋਰ ਆਖਣ ਲਗਾ ਜਿਸ ਕੋਲ ਇੱਕ ਇਰਮ ਸੀ ਕਿਤਾਬ ਦਾ ਮੈਂ ਉਹ ਲਿਆ ਦੇ ਨਾ ਤੈਨੂੰ ਪਹਿਲੇ ਇਸ ਦੇ ਜੋ ਮੋੜ ਆਵੇ ਤੇਰੀ ਤਰਫ ਨਜ਼ਰ ਤੇਰੀ ਯਾਨੀ پلਕ ਚੱਕਣ ਤੋਂ ਪਹਿਲੇ ਫਿਰ ਜਾਦੂ ਤਖਤ ਜਿਠੋ ਸੁਤਰਿਆ ਹੋਇਆ ਕੋਲ ਆਪਣੇ ਆਖਿਓ ਸੁ ਇਹ ਮੇਰੇ ਰੱਬ ਦੇ ਫਤਲ ਕੀ ਹੈ ਤਾ ਅਜ਼ਮਾਏ ਮੈਨੂੰ ਭਲਾ ਮੈਂ ਸ਼ੁਕਰ ਕਰਨਾ ਜਾਂ ਨਾ ਸ਼ੁکری ਕਰਨਾ ਵਾ ਤੇ ਜਿੰਨ ਸ਼ੁਕਰ ਕੀਤਾ ਸੋ ਸ਼ੁਕਰ ਕਰਦਾ ਨਿਰਾ ਆਪਣੇ ਲਈ ਤੇ ਜਿਸ ਨਾ ਸ਼ੁکری ਕੀਤੀ ਤਾਂ ਮੇਰਾ ਰੱਬ ਜ਼ਰੂਰ ਬੇਪਰਵਾਹ ਕਰਮ ਕਰਨ ਵਾਲਾ ਆਖਿਓ ਸੂ ਸ਼ਕਲ ਬਦਲ ਦਿਓ ਉਹਦੇ ਅਜ਼ਮਾਨ ਲਈ ਉਹਦੇ ਤਖਤ ਦੀ ਤਾਂ ਸੀ ਦੇਖੀਏ ਭਲਾ ਪਛਾਣ ਦੀ ਰਾਹ ਪੈਂਦੀ ਏ ਜਾਂ ਹੁੰਦੀ ਏ ਉਹਨਾਂ ਵਿੱਚੋਂ ਜਿਹੜੇ ਨਹੀਂ ਰਾਹ ਪੈਂਦੇ ਫਿਰ ਮਲਕਾ ਜਦ ਆਈ ਆਖਿਆ ਗਿਆ ਉਹਨੂੰ ਭਲਾ ਇਹੋ ਜਿਹਾ ਤਖਤ ਤੇਰਾ ਆਖਣ ਲਗੀ ਇਹ ਉਹ ਹੀ ਲੱਗਦਾ ਹੈ ਤੇ ਸਾਨੂੰ ਆ ਗਈ ਸੀ ਸਮਝ ਪਹਿਲੇ ਇਸ ਤੇ ਤੇ ਅਸੀਂ ਹੋ ਚੁੱਕੇ ਸਾਂ ਮੁਸਲਮਾਨ ਇਹ ਮੌਜੂਦੇ ਵਖਾਨ ਦੀ ਕੋਈ ਲੋੜ ਨਹੀਂ ਸੀ ਤੇ ਬੰਦ ਕਰ ਦਿੱਤਾ ਸੁਲੇਮਾਨ ਨੇ ਉਹਨੂੰ ਉਸ ਤੋਂ ਜਿਸ ਨੂੰ ਪੂਜਦੀ ਸੀ ਸਵਾਹ ਅੱਲਾ ਦੇ ਜ਼ਰੂਰ ਹੋਸੀ ਬੇਈਮਾਨ ਲੋਕਾਂ ਵਿੱਚੋਂ ਆਖਿਆ ਗਿਆ ਉਹਨੂੰ ਆਜਾ ਮਹਲ ਵਿੱਚ ਫਿਰ ਜਦ ਵੇਖਿਓ ਸੁ ਵੇੜਾ ਉਸ ਦਾ ਜਾਤੋ ਸੁ ਉਹਨੂੰ ਪਾਣੀ ਦਾ ਥਲ ਤੇ ਕਪੜਾ ਚੁੱਕਿਓ ਸੁ ਆਪਣੀ ਪਿੰਨੀਆਂ ਤੋਂ ਸੁਲੇਮਾਨ ਆਖਣ ਲਗਾ ਇਹ ਜ਼ਰੂਰ ਫਰਸ਼ ਇਹ ਜੜਾਉ ਸ਼ੀਸ਼ਿਆਂ ਦਾ ਆਖਣ ਲਗੀ ਮੇਰਾ ਰੱਬਾ ਮੈਂ ਜ਼ਰੂਰ ਜ਼ੁਲਮ ਕੀਤਾ ਆਪਣੀ ਜਾਨ ਉੱਤੇ ਕੇ ਫਰਮਾ ਬਰਦਾਰ ਹੋਈ ਮੈਂ ਨਾਲ ਸੁਲੇਮਾਨ ਦੇ ਅੱਲਾਹ ਦੀ ਜੋ ਪਾਲਨ ਹਾਰ ਸਾਰੇ ਜੱਗ ਦਾ ਤੇ ਜ਼ਰੂਰ ਭੇਜਿਆ ਅਸਰ ਸਮੂਦ ਬਲ ਭਰਾ ਉਹਨਾਂ ਦੇ ਸਾਲੇ ਨੂੰ ਭਾਈ ਪੂਜੋ ਅੱਲਾਹ ਨੂੰ ਫੇਰ ਤਦੋਂ ਹੀ ਉਹ ਦੋ ਤੜੇ ਹੋ ਕੇ ਲੱਗੇ ਝਗੜਨੇ ਆਖਿਓ ਛੁ ਇਹ ਮੇਰੀ ਕੌਮ ਕਿਉਂ ਸ਼ਿਤਾਬੀ ਮੰਗਦੇ ਹੋ ਸਖਤੀ ਪਹਿਲੇ ਆਰਾਮ ਦੇ ਕਿਉਂ ਨਹੀਂ ਬਖਸ਼ਿਸ਼ ਮੰਗਦੇ ਹੋ ਅੱਲਾਹ ਤੋਂ ਸ਼ਾਇਦ ਤੁਸਾਂ ਉੱਤੇ ਮਿਹਰ ਹੋਵੇ ਆਖਿਓ ਨੇ ਮੱਦ ਸ਼ਗਨ ਜਿੱਥੇ ਅਸਾਂ ਤੇਨੂੰ ਤੇ ਤੇਰੇ ਨਾਲ ਦੇ ਨੂੰ ਆਖਿਓ ਸੂ ਬਦਸ਼ਿਗਨੀ ਤੁਹਾਡੀ ਅੱਲਾਹ ਕੋਲ ਏ ਸਗੋਂ ਤੁਸੀਂ ਲੋਕ ਅਜ਼ਮਾਏ ਜਾਂਦੇ ਹੋ ਤੇ ਹੈ ਸਨ ਉਹ ਸ਼ਹਿਰ ਵਿੱਚ 9 ਸ਼ਖਸ ਬਗਾਰ ਪਾਉਂਦੇ ਮੁਲਕ ਵਿੱਚ ਤੇ ਨਹੀਂ ਸਨ ਸੰਵਾਰ ਦੇ ਆਪੇ ਵੀ ਕਿ ਆਖਿਓ ਨੇ ਕਸਮਾ ਖਾ ਉਹ ਅੱਲਾਹ ਦੀਆਂ ਭਾਈ ਜ਼ਰੂਰ ਅਸੀਂ ਰਾਤੀ ਮਾਰ ਦੇਾਂਗੇ ਉਹਨੂੰ ਤੇ ਉਹਦੇ ਘਰ ਦੇਆਂ ਨੂੰ ਫਿਰ ਜ਼ਰੂਰ ਅਸੀਂ ਆਖਾਂਗੇ ਉਹਦੇ ਦਾਵੇਦਾਰ ਨੂੰ ਅਸਾਂ ਨਹੀਂ ਡੱਠਾ ਫਨਾ ਹੁੰਦਾ ਘਰ ਉਹਦਾ ਅਸੀਂ ਜ਼ਰੂਰ ਸੱਚੇ ਆ ਤੇ ਖੇੜਿਓ ਨਾ ਇੱਕ ਦਾ ਤੇ ਅਸਾਂ ਵੀ ਖੇੜਿਆ ਇੱਕ ਦਾ ਤੇ ਉਹ ਨਹੀਂ ਜਾਣਦੇ ਫਿਰ ਵੇਖ ਕੀ ਕਰ ਹੋਇਆ ਉਹਨਕ ਉਹਨਾਂ ਦੇ ਦਾਦਾ ਅਸਾਂ ਫਨਾ ਕਰ ਦਿੱਤਾ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਕੌਮ ਨੂੰ ਵੀ ਫਿਰ ਇਹਨੇ ਕਰ ਉਹਨਾਂ ਦੇ ਠੱਠੇ ਪਏ ਉਸ ਬੱਬੂ ਜੋ ਜ਼ੁਲਮ ਕੀਤਾ ਨੇ ਜ਼ਰੂਰ ਇਸ ਵਿੱਚ ਨਿਸ਼ਾਨੀ ਲੋਕਾਂ ਵਾਸਤੇ ਜਿਹੜੇ ਜਾਣਦੇ ਨੇ ਤੇ ਬਚਾ ਦਿੱਤਾ ਅਸਾਂ ਉਹਨਾਂ ਨੂੰ ਜਿੰਨਾ ਮੰਨਿਆ ਸੀ ਤੇ ਡਰਦੇ ਰਹੇ ਸਨ ਤੇ ਭੇਜਿਆ ਲੂਤ ਨੂੰ ਜਦ ਆਖਿਓ ਸੁ ਆਪਣੀ ਕੌਮ ਨੂੰ ਕਿਉਂ ਕਰਦੇ ਹੋ ਬੇਹਾਇਤਾ ਦਾ ਕੰਮ ਨਾਲੇ ਤੁਸੀਂ ਵੇਖਦੇ ਹੋ ਆਖੀ ਕਿਉਂ ਤੁਸੀਂ ਜਾਂਦੇ ਹੋ ਮਰਦਾਂ ਕੋਲ ਸ਼ਾਬਤ ਨਾਲ ਸਵਾਹ ਔਰਤਾਂ ਦੇ ਸਗੋ ਤੁਸੀਂ ਲੋਕ ਨਾਦਾਨੀ ਕਰਦੇ ਹੋ ਫਿਰ ਨਹੀਂ ਸੀ ਜਵਾਬ ਉਹਦੀ ਕੌਮ ਦਾ ਪਰ ਇਹ ਹੋ ਜੋ ਆਖਿਓ ਨੇ ਕੱਢਦੇ ਹੋ ਲੂਤ ਦੇ ਟੱਬਰ ਨੂੰ ਆਪਣੀ ਵਸਤੀਆਂ ਜ਼ਰੂਰ ਹੈ ਲੋਕ ਬੜੇ پاک ਬਣਨਾ ਚਾਹੁੰਦੇ ਨੇ ਫਿਰ ਬਚਾ ਦਿੱਤਾ ਅਸਾਂ ਉਹਨੂੰ ਤੇ ਉਹਦੇ ਟੱਬਰ ਨੂੰ ਪਰ ਉਹਦੀ ਬੀਬੀ ਨੂੰ ਅਸਾਂ ਨੇ ਤੇ ਰੱਖਿਆ ਸੀ ਉਹਨੂੰ ਪਿੱਛੇ ਰਹਿਣ ਵਾਲੀਆਂ ਵਿੱਚੋਂ ਤੇ ਬਰਾਇਆ ਅਸਾਂ ਉਹਨਾਂ ਉੱਤੇ ਇੱਕ ਮੀ ਫਿਰ ਬੁਰਾ ਸੀ ਮੀ ਡਰਾਇਆ ਗਿਆ ਦਾ ਤੂੰ ਆਖ ਸਭ ਸੋਬਾ ਅਲਾਈ ਦੀਏ ਤੇ ਸਲਾਮ ਹੈ ਉਹਦੇ ਬੰਦਿਆਂ ਉੱਤੇ ਜਿਨ੍ਹਾਂ ਨੂੰ ਪਸੰਦ ਕੀਤਾ ਤੂੰ ਭਲਾ ਅੱਲਾ ਚੰਗਾ ਏ ਜਾਂ ਜਿਸ ਨੂੰ ਸ਼ਰੀਖ ਬਣਾਉਂਦੇ ਨੇ ਸਗੋਂ ਪਲਾ ਕਿੰ ਬਣਾਏ ਨੇ ਅਸਮਾਨ ਤੇ ਜ਼ਮੀਨ ਤੇ ਉਤਾਰੇ ਆ ਤੁਸਾਂ ਲਈ ਅਸਮਾਨੋਂ ਪਾਣੀ ਫਿਰ ਉਗਾਏ ਨੇ ਉਸ ਨਾਲ ਬਾਗ ਰੌਣਕ ਵਾਲੇ ਤੁਹਾਡਾ ਕੰਮ ਨਹੀਂ ਸੀ ਜੇ ਉਗਾ ਲੈਂਦੇ ਉਹ ਦਰਖਤ ਬਾਗ ਦੇ ਪਲਾ ਹੈ ਕੋਈ ਮਹਬੂਤ ਨਾਲ ਅੱਲਾ ਦੇ ਇਹਨਾਂ ਕੰਮਾਂ ਵੀ ਸ਼ਰੀਕ ਸਗੋਂ ਉਹ ਲੋਕ ਕੁਰਾਇ ਪੈਂਦੇ ਨੇ ਸਗੋਂ ਪਲਾ ਕਿੰ ਬਣਾਈਏ ਜ਼ਮੀਨ ਠਿਕਾਣਾ ਤੇ ਬਣਾਈਆਂ ਨੇ ਵਿਚਕਾਰ ਉਸ ਦੇ ਨਹਿਰਾਂ ਤੇ ਉਸ ਵਿੱਚ ਪਹਾੜਾਂ ਦੀਆਂ ਮੇਖਾਂ ਘੜ ਦਿੱਤੀਆਂ ਨੇ ਤੇ ਬਣਾਇਆ ਦੋ ਦਰਿਆਵਾਂ ਵਿੱਚ ਪਰਦਾ ਪਲਾ ਹੈ ਕੋਈ ਮਾਬੂਦ ਨਾਲ ਅੱਲਾ ਦੇ ਸਗੋ ਬਹੁਤੇ ਉਹਨਾਂ ਵਿੱਚੋਂ ਨਹੀਂ ਜਾਣਦੇ ਸਗੋ ਪਲਾ ਕੌਣ ਕਬੂਲ ਕਰਦਾ ਹੈ ਦੁਆ ਫਾਤੇ ਹੋਏ ਦੀ ਜਦ ਦੁਆ ਮੰਗੇ ਉਸ ਤੋਂ ਤੇ ਦੂਰ ਕਰਦਾ ਹੈ ਦੁੱਖ ਨੂੰ ਤੇ ਬਣਾਉਂਦਾ ਹੈ ਤੁਹਾਨੂੰ ਖਲੀਫੇ ਜ਼ਮੀਨ ਦੇ ਪਲਾ ਹੈ ਕੋਈ ਮਾਬੂਦ ਹੋਰ ਨਾਲ ਅੱਲਾ ਦੇ ਇਹ ਕੰਮ ਕਰਨ ਵਾਲਾ ਬਹੁਤ ਥੋੜੀ ਸੋਚ ਕਰਦੇ ਹੋ ਤੁਸੀਂ ਸਗੋਂ ਪੱਲਾ ਕੌਣ ਰਾਹ ਦੱਸਦਾ ਹੈ ਤੁਹਾਨੂੰ ਖੁਸ਼ਕੀ ਤੇ ਸਮੁੰਦਰ ਦੇ ਹਨੇਰਿਆਂ ਵਿੱਚ ਤੇ ਕੌਣ ਉਹ ਦੀ ਮਿਹਰ ਦੇ ਅੱਗੇ ਖੁਸ਼ਖਬਰੀ ਦਿੰਦੀਆਂ ਹਵਾਵਾਂ ਨੂੰ ਭੇਜਦਾ ਹੈ ਪੱਲਾ ਹੈ ਕੋਈ ਮਹਬੂਬ ਨਾਲ ਅੱਲਾ ਦੇ ਬਹੁਤ ਉੱਚਾ ਹੈ ਅੱਲਾ ਉਸ ਤੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਸਗੋਂ ਪੱਲਾ ਕੌਣ ਮੁੱਢੋਂ ਬਣਾਉਂਦਾ ਹੈ ਹਲਕਤ ਨੂੰ ਫਿਰ ਦੋਰਾਂਦਾ ਹੈ ਉਸ ਨੂੰ ਤੇ ਕੌਣ ਰਿਜ਼ਕ ਦਿੰਦਾ ਹੈ ਤੁਹਾਨੂੰ ਅਸਮਾਨੋਂ ਤੇ ਜ਼ਮੀਨੋਂ ਪੱਲਾ ਹੈ ਕੋਈ ਮਹਬੂਬ ਨਾਲ ਅੱਲਾ ਦੇ ਆਖੋ ਲਿਆਓ ਦਲੀਲ ਆਪਣੀ ਜੇ ਤੁਸੀਂ ਸੱਚੇ ਹੋ ਆਖੋ ਨਹੀਂ ਜਾਣਦਾ ਜੋ ਕੋਈ ਆਸਮਾਨਾਂ ਤੇ ਜ਼ਮੀਨ ਵਿੱਚ ਗਾਇਬ ਨੂੰ ਸਵਾਲ ਅੱਲਾ ਦੇ ਕਿ ਨਾ ਜਾਣਦੇ ਨੇ ਕਦ ਉਠਾਏ ਜਾਣਗੇ ਸਗੋਂ ਹਰ ਦਿਗਾਏ ਇਲਮ ਉਹਨਾਂ ਦਾ ਆਖਤ ਮਾਲੂਮ ਕਰਨ ਵਿੱਚ ਸਗੋਂ ਉਹਨਾਂ ਨੂੰ ਸ਼ੁਭਾਏ ਉਸ ਵਿੱਚ ਸਗੋਂ ਉਹ ਉਸ ਤੋਂ ਅੰਨੇ ਨੇ ਤੇ ਆਖਿਆ ਬੇਈਮਾਨਾਂ ਨੇ ਪਲਾ ਜਦ ਅਸੀਂ ਹੋ ਜਾਵਾਂਗੇ ਖਾਕ ਤੇ ਪਿਓ ਦਾਦੇ ਸਾਡੇ ਪਲਾ ਅਸੀਂ ਜ਼ਰੂਰ ਕਬਰਾਂ ਤੋਂ ਕੱਢੇ ਜਾਵਾਂਗੇ ਜ਼ਰੂਰ ਵਾਦਾ ਹੋਇਆ ਅਸੀਂ ਸਾਡੇ ਨਾਲ ਇਹੋ ਤੇ ਸਾਡੇ ਪਿਓ ਦਾਦਿਆਂ ਨਾਲ ਇਦੋਂ ਪਹਿਲੇ ਨਹੀਂ ਇਹ ਇਹ ਪਰ ਕਹਾਣੀਆਂ ਪਹਿਲੇ ਲੋਕਾਂ ਦੀਆਂ ਤੁਸੀਂ ਆਖੋ ਫਿਰ ਜ਼ਮੀਨ ਵਿੱਚ ਫਿਰ ਵੇਖੋ ਕੀ ਕਰ ਹੋਇਆ ਔਲਕ ਪਾਪੀਆਂ ਦਾ ਤੇ ਨਾ ਚੋਰੋ ਨਾ ਉੱਤੇ ਤੇ ਨਾ ਹੋ ਖਫਗੀ ਵਿੱਚ ਉਸ ਦਾਤੋਂ ਜੋ ਦਾਖ ਖੇਡਦੇ ਨੇ تے آخ دے نے کدوں اے اے وعدہ جے تسی سچے ہو آکھوں نے شاید جو نیڑے آ گیا ہوے تواڈے کچھ او سزا وچوں جو شتابی منگ دے ہو تے تیرا رب ضرور فضل والا اے لوکاں اُتے پر بہتے انہاں وچوں شکر نہیں کردے تے تیرا رب ضرور جاندا اے جو چھپاندے نے سینے انہاں دے تے جو ظاہر کردے نے تے نہیں کوئی چھپی ہوئی چیز آسمان تے زمین وچ ਪਰ ਲਿਖੀ ਹੈ ਵਾਜ਼ੇ ਕਿਤਾਬ ਵਿੱਚ ਇਹ ਕੁਰਾਨ ਜ਼ਰੂਰ ਬਿਆਨ ਕਰਦਾ ਹੈ ਬਣੀ ਇਸرائیਲ ਅੱਗੇ ਬਹੁਤ ਉਹਨਾਂ ਗੱਲਾਂ ਵਿੱਚੋਂ ਜਿਸ ਵਿੱਚ ਉਹ ਫੁੱਟ ਰਹੇ ਨੇ ਤੇ ਜ਼ਰੂਰ ਉਹ ਹਦਾਇਤ ਤੇ ਮੇਰੇ ਇਮਾਨਦਾਰਾਂ ਵਾਸਤੇ ਤੇਰਾ ਰੱਬ ਜ਼ਰੂਰ ਫੈਸਲਾ ਕਰੇਗਾ ਉਹਨਾਂ ਵਿੱਚ ਆਪਣੇ ਹੁਕਮ ਨਾਲ ਤੇ ਉਹ ਏ ਜ਼ੋਰਾਵਰ ਸਭ ਕੁਝ ਜਾਣਦਾ ਹੈ ਹਬੀਬ ਸੋ ਭਰੋਸਾ ਕਰੋ ਅੱਲਾ ਉਤੇ ਤੇ ਜਰੂਰ ਖੁੱਲੇ ਖੁੱਲੇ ਸੱਚ ਦੀਨ ਉੱਤੇਓ ਤੂੰ ਜਰੂਰ ਨਹੀਂ ਸੁਣਾ ਸਕਦਾ ਮੋਇਆਂ ਨੂੰ ਤੇ ਨਹੀਂ ਸੁਣਾ ਸਕਦਾ ਬੋਲੀਆਂ ਨੂੰ ਆਪਣੀ ਆਵਾਜ਼ ਜਦ ਮੂਲ ਜਾਣ ਮਗਰ ਫੇਰ ਕੇ ਤੇ ਤੇਰਾ ਕੰਮ ਨਹੀਂ ਜਾ ਪਾਣਾ ਅੰਨਿਆਂ ਨੂੰ ਕੋਰਾਂ ਕੱਢ ਕੇ ਤੂੰ ਨਹੀਂ ਸੁਣਾਉਂਦਾ ਪਰ ਉਸ ਨੂੰ ਜਿਹੜਾ ਮੰਨਦਾ ਹੈ ਆਇਤਾਂ ਸਾਡੀਆਂ ਸੋ ਉਹ ਫਰਮਾ ਬਰਦਾਰ ਨੇ ਤੇ ਜਦ ਆ ਪਹੇਗੀ ਸਾਡੀ ਗੱਲ ਉਹਨਾਂ ਦੇ ਸਿਰ ਕਹਾਂਗੇ ਅਸੀਂ ਉਹਨਾਂ ਲਈ ਇੱਕ ਜਾਨਦਾਰ ਜ਼ਮੀਨ ਵਿੱਚੋਂ ਗੱਲਾਂ ਕਰੇਗਾ ਉਹਨਾਂ ਨਾਲ ਇਸ ਵਾਸਤੇ ਜੇ ਲੋਕ ਸਾਡੀਆਂ ਨਿਸ਼ਾਨੀਆਂ ਦਾ ਯਕੀਨ ਨਹੀਂ ਸੰਕਰਦੇ ਤੇ ਜਿਸ ਦਿਨ ਅਸੀਂ ਇਕੱਠਾ ਕਰਾਂਗੇ ਹਰ ਉਮਮਤ ਵਿੱਚੋਂ ਇੱਕ ਟੋਲਾ ਜਿਹੜਾ ਚਿਠੜਾਂ ਦਾ ਸੀ ਆਇਤਾ ਸਾਡੀਆਂ ਫਿਰ ਉਹਨਾਂ ਦੇ ਅਗੜਿਆਂ ਨੂੰ ਖਿਲਾਰਿਆ ਜਾਏਗਾ ਤਾਂ ਜੇ ਪਿਛਲੇ ਮਿਲਪੈਣ ਇਥੋਂ ਤੀਕ ਜੁ ਜਦ ਆ ਪਹੁੰਚਣਗੇ ਸਾਰੇ ਫਰਮਾਏਗਾ ਅੱਲਾ ਕਿਉਂ ਝਟਲਾਈਓ ਜੀ ਮੇਰੀਆਂ ਆਇਤਾਂ ਤੇ ਨਾ ਕੇਰਿਆ ਉਹਨਾਂ ਨੂੰ ਤੁਸਾਂ ਦੇ ਇਲਮ ਨੇ ਯਕੀ ਕੁਝ ਕਰਦੇ ਹੁੰਦੇ ਸਾਬ ਤੇ ਪਹਿ ਚੁਕੀ ਆਜ਼ਾਦ ਦੀ ਗੱਲ ਉਹਨਾਂ ਦੇ ਸਿਰ ਉਹਨਾਂ ਦੇ ਜ਼ੁਲਮ ਕਰਨ ਦੇ ਸਬਬੋਂ ਸੋ ਉਹ ਕੁਝ ਨਹੀਂ ਬੋਲ ਸਕਣਗੇ ਅੱਲਾ ਜਿਠਾ ਨਹੀਂ ਨੇ ਜੋ ਅਸਾਂ ਬਣਾਈਏ ਰਾਤ ਤਾਂ ਆਰਾਮ ਲੈਣ ਉਸ ਵਿੱਚ ਤੇ ਦਿਨ ਵੇਖਣ ਦਾ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜਿਹੜੇ ਮੰਨਦੇ ਨੇ ਤੇ ਜਿਸ ਦਿਨ ਫੂਕ ਵੱਜੇਗੀ ਕਰਨਾ ਵਿੱਚ ਫੇਰ ਕਬਰਾ ਜਾਇਦਾ ਜਿਹੜਾ ਅਸਮਾਨਾਂ ਵਿੱਚ ਤੇ ਜਿਹੜਾ ਜ਼ਮੀਨ ਵਿੱਚ ਪਰ ਜਿਸ ਨੂੰ ਬਚਾਉਣਾ ਚਾਹੇ ਅੱਲਾ ਤੇ ਸਭ ਆ ਜਾਣਗੇ ਸਾਹਮਣੇ ਉਹਦੇ ਆਜਿਜ਼ ਹੋ ਕੇ ਤੇ ਵੇਖੀ ਤੂੰ ਅੱਜ ਪਹਾੜਾਂ ਨੂੰ ਤੂੰ ਜਾਣੇ ਉਹ ਗੱਡੇ ਹੋਏ ਨੇ ਤੇ ਉਹ ਉਸ ਵੇਲੇ ਤੁਰੇ ਜਾਣਗੇ ਬਦਲਾਂ ਦੀ ਚਾਲ ਕਾਰਾਗਰੀ ਅੱਲਾ ਦੀ ਜਿਸ ਸਾਧੀ ਹਰ ਚੀਜ਼ ਉਹਨੂੰ ਜ਼ਰੂਰ ਖਬਰ ਹੈ ਜੋ ਤੁਸੀਂ ਕਰਦੇ ਹੋ ਜਿਹੜਾ ਲਿਆਇਆ ਨੇਕੀ ਸੋ ਉਹਦੇ ਲਈ ਇਹ ਚੰਗੀ ਉਦੋਂ ਤੇ ਉਹ ਕਬਰਾਂ ਤੋਂ ਉਸ ਦਿਨ ਆਰਾਮ ਵਿੱਚ ਹੋਣਗੇ ਜਿਹੜਾ ਲਿਆਇਆ ਬੁਰੀਾਈ ਸੋ ਸੁੱਟੇ ਜਾਣਗੇ ਮੂਹ ਦੇ ਕਰਕੇ ਮੂੰਹ ਉਹਨਾਂ ਦੇ ਅੱਗ ਵਿੱਚ ਨਾ ਬਦਲਾ ਪਾਓਗੇ ਪਰ ਜੋ ਤੁਸੀਂ ਕਰਦੇ ਸੋ ਹਬੀਬ ਆਖੋ ਨੇ ਮੈਨੂੰ ਇਹਦਾ ਇਹੋ ਹੁਕਮ ਹੋਇਆ ਹੈ ਜੋ ਪੂਜਾ ਮੈਂ ਇਸ ਸ਼ਹਿਰ ਯਾਨੀ ਮੱਕਾ ਮੁਜ਼ਮਾ ਦੇ ਰੱਬ ਨੂੰ ਜਿਸ ਨੇ ਅਦਬ ਬਲਾ ਬਣਾਇਆ ਇਸ ਸ਼ਹਿਰ ਨੂੰ ਤੇ ਉਸੇ ਦੀ ਇਹ ਹਰ ਚੀਜ਼ ਤੇ ਮੈਨੂੰ ਹੁਕਮ ਹੋਇਆ ਹੈ ਜੋ ਰਾਮ ਹੈ ਫਰਮਾ ਬਰਦਾਰਾਂ ਵਿੱਚ ਤੇ ਇਹ ਜੋ ਪੜ ਸੁਣਾਵਾ ਮੈਂ ਕੁਰਾਨ ਫਿਰ ਜਿਹੜਾ ਰਾਹ ਪਿਆ ਸੋ ਰਾਹ ਪੈਂਦਾ ਹੈ ਨਿਹਰਾ ਆਪਣੇ ਦੇ ਤੇ ਜਿਹੜਾ ਰਾਹ ਭੁੱਲਾ ਤਾਂ ਤੂੰ ਆਖ ਦੇ ਮੈਂ ਆ ਨਿਹਰਾ ਡਰਾਣ ਵਾਲਿਆਂ ਵਿੱਚੋਂ ਤੇ ਤੂੰ ਆਖ ਸਭ ਤੋਬਾ ਅੱਲਾ ਹੀ ਦੀਏ ਹੋਣੇ ਵਖਾਦੇਗਾ ਤੁਹਾਨੂੰ ਨਿਸ਼ਾਨੀਆਂ ਆਪਣੀਆਂ ਫਿਰ ਪਛਾਣ ਲਾਓਗੇ ਉਹਨਾਂ ਨੂੰ ਤੇ ਤੇਰਾ ਰਾਮ ਬੇਖਬਰ ਨਹੀਂ ਉਸ ਕੰਮ ਨੂੰ ਜੋ ਕਰਦੇ